ਇਸ ਵੇਲੇ ਦੀ ਵੱਡੀ ਖਬਰ ਤੇ ਵੱਡਾ ਦਾਅਵਾ ਕੀਤਾ ਗਿਆ ਹੈ ਕਿਉਂਕਿ ਇੰਡੀਆ ਗੱਠਜੋੜ ਦੀ ਜਿਹੜੀ ਆ ਮੀਟਿੰਗ ਹੋਈ ਹੈ ਤਾਂ ਮੀਟਿੰਗ ਦੇ ਵਿੱਚ ਇੰਡੀਆ ਗੱਠਜੋੜ ਨੇ ਕਿੰਨੀਆਂ ਜਿਹੜੀਆਂ ਸੀਟਾਂ ਦੱਸੀਆਂ ਨੇ ਉਸ ਤੇ ਵੀ ਅਸੀਂ ਚਰਚਾ ਕਰਾਂਗੇ ਕਿਉਂਕਿ 6 ਵਜੇ ਤੋਂ ਬਾਅਦ ਜਿਹੜੀ ਆ ਵੋਟਿੰਗ ਪ੍ਰਕਿਰਿਆ ਉਹ ਖਤਮ ਹੋ ਚੁੱਕੀ ਹੈ ਤੇ ਕਿੰਨੇ ਪਰਸੈਂਟ ਵੋਟਿੰਗ ਜਿਹੜੀ ਹੈ ਵੱਖ ਵੱਖ ਜਿਹੜਾ ਹੈ ਸੂਬਿਆਂ ਦੇ ਵਿੱਚ ਹੋਈ ਹੈ ਜਿੱਥੇ ਕਿ ਖਾਸ ਤੌਰ ਤੇ ਅੱਜ ਚੋਣਾਂ ਹੋਈਆਂ ਨੇ ਤਾਂ ਚੋਣਾਂ ਦੇ ਨਾਲ ਲੋਕਾਂ ਨੇ ਕਿੰਨੇ ਪਰਸੈਂਟ ਜਿਹੜੀ ਵੋਟਿੰਗ ਆ ਉਹ ਕੀਤੀ ਹੈ ਇਸ ਤੇ ਚਰਚਾ ਕਰਨ ਲਈ ਮੇਰੇ ਨਾਲ ਸਹਿਯੋਗੀ ਜਿਹੜੇ ਮੇਰੇ ਮੌਜੂਦ ਨੇ ਗੁਰਮੁਖ ਸਿੰਘ ਰੁਪਾਣਾ ਜੀ ਰੁਪਾਣਾ ਜੀ ਇੰਡੀਆ ਗੱਠਜੋੜ ਦੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਜੇਲ੍ਹ ਵੀ ਜਾ ਸਕਦੇ ਨੇ ਕਿਉਂਕਿ ਅੱਜ ਦਾ ਜਿਹੜਾ ਸਮਾਂ ਦੱਸਿਆ ਗਿਆ ਸੀ ਕੀ ਜਿਹੜਾ ਦਾਅਵਾ ਕੀਤਾ ਗਿਆ ਉਹਨਾਂ ਵੱਲੋਂ ਅਮਰਜੀਤ ਗੱਲ ਇਹ ਹੈ ਕਿ ਜਦੋਂ ਹੀ ਇਲੈਕਸ਼ਨ ਦੇ ਵਿੱਚ ਜਿਵੇਂ ਹੁਣ 7ਵੇਂ ਗੇੜ ਦੀਆਂ ਪੜਾਅ ਦੀਆਂ ਜਿਹੜੀਆਂ ਚੋਣਾਂ ਖਤਮ ਹੋਈਆਂ ਵੋਟਿੰਗ 6 ਵਜੇ ਖਤਮ ਹੋਣੀ ਸੀ ਤਾਂ ਇੰਡੀਆ ਗੱਠਜੋੜ ਨੇ 6 ਵਜੇ ਤੋਂ ਪਹਿਲਾਂ ਹੀ ਆਪਣੀ ਜਿਹੜੀ ਮੀਟਿੰਗ ਬੁਲਾਈ ਹੈ ਮੀਟਿੰਗ ਲਗਭਗ 2.5 ਘੰਟਿਆਂ ਦੇ ਸਮੇਂ ਦੇ ਮੀਟਿੰਗ ਚੱਲੀ ਹੈ ਜਿਹਦੇ ਵਿੱਚ ਸੋਨੀਆ ਗਾਂਧੀ ਰਾਹੁਲ ਗਾਂਧੀ ਅਰਜੁਨ ਮੱਲ ਖੜਗੇ ਜਿਹੜੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਨੇ ਸੀਐਮ ਅਰਵਿੰਦ ਕੇਜਰੀਵਾਲ ਸੀਐਮ ਭਗਵੰਤ ਮਾਨ ਇਸ ਤੋਂ ਬਾਅਦ ਅਖਿਲੇਸ਼ ਯਾਦਵ ਸਮੇਤ ਹੋਰ ਵੱਡੀ ਗਿਣਤੀ ਵਿੱਚ ਜਿਹੜੇ ਇੰਡੀਆ ਗੱਠਜੋੜ ਦੇ ਜਿਹੜੇ ਸਹਿਯੋਗੀ ਪਾਰਟੀਆਂ ਦੇ ਲੀਡਰ ਸੀ ਉਹ ਮੀਟਿੰਗ ਸ਼ਾਮਿਲ ਸੀ 2.5 ਘੰਟਿਆਂ ਦੀ ਮੀਟਿੰਗ ਚੱਲਣ ਤੋਂ ਬਾਅਦ ਉਹਨਾਂ ਦਾ ਜਿਹੜਾ ਵੀ ਅੰਦਰ ਮੁੱਦਿਆਂ 'ਤੇ ਚਰਚਾ ਹੋਈ ਹੈ ਗੱਲਬਾਤ ਹੋਈ ਹੈ ਅਤੇ ਤਾਲਮੇਲ ਹੋਇਆ ਜਿਹੜਾ ਅੰਦਰ ਉਸ ਤੋਂ ਬਾਅਦ ਬਾਹਰ ਆ ਕੇ ਜਿਹੜੇ ਮਲਕ ਅਰਜਨ ਖੜਗੇ ਨੇ ਉਹਨਾਂ ਨੇ ਵੱਡਾ ਦਾਅਵਾ ਕੀਤਾ ਉਹਨਾਂ ਨੇ ਕਿਹਾ ਕਿ ਇੰਡੀਆ ਗੱਠਜੋੜ ਨੂੰ 295 ਤੋਂ ਵੱਧ ਸੀਟਾਂ ਆ ਰਹੀਆਂ ਨੇ ਮਤਲਬ ਕਿ ਇੰਡੀਆ ਗੱਠਜੋੜ ਦਾਅਵਾ ਕਰ ਰਿਹਾ ਹੈ ਕਿ ਸਾਡੀ ਸਰਕਾਰ ਬਣ ਰਹੀ ਹੈ ਯਾਨੀ ਕਿ ਲਗਭਗ ਤੈਅ ਹੋ ਚੁੱਕੀ ਹੈ ਨਹੀਂ ਦੇਖੋ ਆਪਾਂ ਨਹੀਂ ਕਹਿੰਦੇ ਕਿ ਤੈਅ ਹੋ ਚੁੱਕੀ ਹੈ ਉਹਨਾਂ ਦਾ ਦਾਅਵਾ ਹੈ ਉਹਨਾਂ ਦਾ ਜਿਹੜਾ ਇੰਡੀਆ ਗੱਠਜੋੜ ਦਾ ਦਾਅਵਾ ਹੈ ਕਿ ਸਾਡੀ ਸਰਕਾਰ ਬਣ ਜਾ ਰਹੀ ਹੈ ਤੇ ਦੂਜੇ ਪਾਸੇ ਗੱਲ ਦੂਜੇ ਪਾਸੇ ਹਾਂ ਦੂਜੇ ਪਾਸੇ ਜਿਹੜੇ ਬੀਜੇਪੀ ਦੇ ਲੀਡਰ ਨੇ ਜਿਹੜੇ ਆਲ ਇੰਡੀਆ ਬੀਜੇਪੀ ਦੇ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਨੇ ਤਾਂ ਕਾਫੀ ਲੰਬਾ ਚੌੜੇ ਬਿਆਨ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਇਲੈਕਸ਼ਨ ਆ ਇਹ ਇੱਕ ਰਿਸਰਚ ਦਾ ਸਮਾਂ ਬਿਲਕੁਲ ਕਿ ਜਿਹੜੀਆਂ ਵੋਟਾਂ ਨੇ ਵੋਟਿੰਗ ਇੱਕ ਰਿਸਰਚ ਦਾ ਸਮਾਂ ਉਹਨਾਂ ਨੇ ਇਹ ਵੀ ਕਿਹਾ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਇਹ ਚੋਣਾਂ ਨੇ ਉਹਨਾਂ ਨੂੰ ਬੜੀ ਬਰੀਕੀ ਨਾਲ ਘੋਖਣਾ ਪਏਗਾ ਪਰ ਫਿਰ ਵੀ ਉਹਨਾਂ ਨੇ ਵੀ ਦਾਅਵਾ ਕਰਤਾ ਕਿ ਜਿਵੇਂ ਅਸੀਂ ਪਹਿਲਾਂ ਕਹਿ ਰਹੇ ਸੀ ਉਹੀ ਗੱਲ ਤੇ ਅੱਜ ਫਿਰ ਐਨਡੀਏ ਖੜਾ ਕਿ ਐਨਡੀਏ ਦੀਆਂ ਜਿਹੜੀਆਂ ਐਨਡੀਏ ਆ 400 ਤੋਂ ਵੱਧ ਜਿਹੜੀਆਂ ਸੀਟਾਂ ਲੈ ਕੇ ਸੱਤਾ ਵਿੱਚ ਆਵੇਗਾ ਦੂਜੀ ਵਾਰ ਤੀਜੀ ਵਾਰ ਦੁਬਾਰਾ ਫਿਰ ਜਿਹੜੀ ਬੀਜੇਪੀ ਆ ਉਹ ਸੱਤਾ ਚ ਆਏਗੀ ਉਹਨਾਂ ਨੇ ਦਾਅਵਾ ਕੀਤਾ ਹੁਣ ਗੱਲ ਇਹ ਅਮਰਜੀਤ ਕਿ ਦੋਨੋਂ ਪਾਰਟੀਆਂ ਦਾਅਵਾ ਕਰ ਰਹੀਆਂ ਨੇ ਇੰਡੀਆ ਗੱਠਜੋੜ ਵੀ ਤੇ ਐਨਡੀਏ ਵੀ ਤੇ ਹੋਏਗਾ ਕਿ ਇਹ ਤਾਂ ਹੁਣ 4 ਤਰੀਕ ਨੂੰ ਪਤਾ ਲੱਗੇਗਾ ਪਰ ਅੱਜ ਤੱਕ ਜਿਹੜਾ ਹੁਣ ਤੱਕ ਜਿਹੜਾ ਦੋਵੇਂ ਪਾਰਟੀਆਂ ਦਾਅਵਾ ਆ ਗਿਆ ਪਰ ਇਹ ਆ ਵੀ ਹੁਣ ਤੱਕ ਜਿਹੜੇ ਲਗਾਤਾਰ ਜਿਹੜੀਆਂ ਹੋਰ ਏਜੰਸੀਆਂ ਨੇ ਉਹ ਕੁਝ ਹੀ ਦੇਰ ਦੇ ਵਿੱਚ ਉਹਨਾਂ ਜਿਹੜੇ ਰੁਝਾਨ ਨੇ ਸਰਵੇ ਕਰਨੇ ਜਿਹੜੇ ਉਹ ਸਰਵੇ ਹੋਏ ਪਏ ਨੇ ਸਰਵੇ ਤੋਂ ਬਾਅਦ ਜਿਹੜਾ ਉਹਦਾ ਐਗਜ਼ਿਟ ਪੋਲ ਆ ਉਹ ਆਉਣੇ ਸ਼ੁਰੂ ਹੋ ਜਾਣਗੇ ਪਰ ਐਗਜ਼ਿਟ ਪੋਲ ਜ਼ਰੂਰੀ ਨਹੀਂ ਕਿ ਸਹੀ ਹੋਣ ਕਈ ਵਾਰ ਗਲਤ ਵੀ ਨਿਕਲ ਆਉਂਦੇ ਨੇ ਪਰ ਅਸਲੀਅਤ ਤਾਂ 4 ਤਰੀਕ ਨੂੰ ਸਾਹਮਣੇ ਆਏਗੀ ਹੁਣ ਗੱਲ ਇਹ ਹੈ ਕਿ ਜਿਹੜੇ ਚੋਣਾਂ ਦਾ ਸਮਾਂ ਮੁਕੰਮਲ ਹੋ ਚੁੱਕਿਆ 6 ਵਜੇ ਤੱਕ ਜਿਹੜਾ ਚੋਣਾਂ ਦਾ ਸਮਾਂ ਸੀ ਉਹ ਪੂਰਾ ਹੋ ਗਿਆ ਪਰ ਇਹਦੀ ਜਿਹੜੀ ਅਸਲੀ ਪੂਰੀ ਰਿਪੋਰਟ ਹੈ ਕਿ ਕਿੰਨੇ ਵਜੇ 6 ਵਜੇ ਤੱਕ ਕਿਹੜੇ ਸ਼ਹਿਰ ਚ ਕਿਹੜੇ ਸਟੇਟ ਦੇ ਵਿੱਚ ਕਿੰਨੀਆਂ ਵੋਟਾਂ ਪਈਆਂ ਕਿੰਨੇ ਪਰਸੈਂਟ ਇਸ ਵਾਰ ਲੱਗਦਾ ਕਿ ਨਾ ਮੈਂ ਲੋਕ ਜਿਹੜੇ ਨੇ ਉਹ ਬੜੇ ਉਤਸ਼ਾਹ ਦੇ ਨਾਲ ਵੋਟਾਂ ਪਾ ਕੇ ਆਏ ਨੇ ਕਿਉਂਕਿ ਜਿਹੜੀ ਵੋਟ ਪਰਸੈਂਟ ਜਿਹੜਾ ਹੈ ਉਹ ਵੀ ਕਿਤੇ ਨਾ ਕਿਤੇ ਜਿਹੜਾ ਵੱਧ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਨਾਲੋਂ ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਬਹੁਤ ਸੀ ਵੋਟਾਂ ਦਾ ਕਿਹੜੇ ਕਿਹੜੇ ਏਰੀਆ ਦੇ ਵਿੱਚ ਜਿਹੜੀ ਹੈ ਸਭ ਤੋਂ ਵੱਧ ਪਰਸੈਂਟ ਜਿਹੜੀ ਵੋਟ ਹੋਈ ਹੈ ਉਹਦਾ ਵੀ ਜ਼ਿਕਰ ਕੀਤਾ ਨਹੀਂ ਅਮਰ ਜੀ ਗੱਲ ਇਹ ਹੈ ਕਿ ਉਤਸ਼ਾਹ ਠੀਕ ਹੈ ਲੋਕਾਂ ਦੇ ਵਿੱਚ ਹੈਗਾ ਸੀ ਪਰ ਜਿਹੜੀ ਜਿੰਨੀ ਵੋਟ ਚੋਣ ਕਮਿਸ਼ਨ ਚਾਹੁੰਦੇ ਸੀ ਕਿ ਹੋਵੇ 70% ਤੋਂ ਵੱਧ ਉਹ ਨਹੀਂ ਹੋਈ ਕਿਉਂਕਿ ਜੇ 5 ਵਜੇ ਦੀ ਗੱਲ ਕਰੀਏ ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀ ਕਿ 6 ਵਜੇ ਚੋਣਾਂ ਦਾ ਸਮਾਂ ਖਤਮ ਹੋ ਗਿਆ ਤੇ 6 ਵਜੇ ਤੋਂ ਇੱਕ ਹੋਰ ਵੀ ਹੈ ਕਿ 6 ਵਜੇ ਗੇਟ ਬੰਦ ਹੋ ਜਾਂਦੇ ਬੰਦ ਹੋ ਜਾਂਦਾ ਬਿਲਕੁਲ ਜਦੋਂ ਜਿੰਨੇ ਬੰਦੇ 6 ਵਜੇ ਤੱਕ ਗੇਟ ਦੇ ਅੰਦਰ ਵੜ ਗਏ ਉਹਨਾਂ ਦਾ ਵੋਟਿੰਗ ਇਸਤੇਮਾਲ ਹੋਊਗਾ ਉਹਨਾਂ ਦੀ ਵੋਟ ਨੂੰ ਭੁਗਤਾਉਣਾ ਪਏਗਾ ਚੋਣ ਕਮਿਸ਼ਨ ਦੇ ਆਰਡਰ ਨੇ ਚਾਹੇ 9 ਵਜੇ ਚਾਹੇ 6:30 ਵਜੇ ਚਾਹੇ 8 ਵਜੇ ਬਿਲਕੁਲ ਜਿੰਨੇ ਬੰਦੇ ਗੇਟ ਦੇ ਅੰਦਰ ਐਂਟਰ ਹੋ ਗਏ ਵੋਟਰ ਉਹ ਸਾਰੇ ਭੁਗਤਾਉਣ ਕਿਸੇ ਨੂੰ ਵਾਪਸ ਨਹੀਂ ਕਰ ਸਕਦੇ ਬਾਹਰ ਵਾਲੇ ਬੰਦੇ ਨਹੀਂ ਜਾ ਸਕਦੇ ਜਿਹੜੇ ਬਾਹਰ ਗੇਟ ਲੱਗ ਗਿਆ ਉਹ ਅੰਦਰ ਨਹੀਂ ਜਾ ਸਕਦੇ ਬਿਲਕੁਲ ਤੇ ਦੂਜੇ
ਹੁਣ ਗੱਲ ਹੈ ਕਿ 5 ਵਜੇ ਤੱਕ ਕਿੰਨੀ ਵੋਟ ਆ ਜਿਹੜੀ ਉਹ ਭੁਗਤੀ ਹੈ। ਜੇਕਰ ਗੱਲ ਪੰਜਾਬ ਦੀ ਕਰੀਏ, ਓਵਰਆਲ ਪੰਜਾਬ ਦੇ ਵਿੱਚ ਲਗਭਗ 55% ਜਿਹੜੀ ਵੋਟ ਆ ਪੋਲ ਹੋਈ ਹੈ, 55-57%। ਜੇ ਆਪਾਂ ਲੋਕ ਸਭਾ ਹਲਕਿਆਂ ਵਾਈਜ਼ ਗੱਲ ਕਰੀਏ ਤਾਂ ਉਹਦੇ ਵਿੱਚ ਫਤਿਹਗੜ੍ਹ ਸਾਹਿਬ ਆ 54% ਹੋਈ ਆ 5 ਵਜੇ ਤੱਕ, ਖਡੂਰ ਸਾਹਿਬ 'ਚ 55% ਹੋਈ ਆ, ਲੁਧਿਆਣਾ 'ਚ 52% ਹੋਈ ਆ, ਫਿਰੋਜ਼ਪੁਰ 'ਚ 57% ਹੋਈ ਆ। ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਬਾਅਦ ਜੇ ਅਗਲੀ ਗੱਲ ਕਰੀਏ ਆਪਾਂ ਪਟਿਆਲਾ, ਪਟਿਆਲਾ ਵੀ 58% ਹੋਈ ਆ। ਇਸੇ ਤਰ੍ਹਾਂ ਜਲੰਧਰ ਹੈ, ਜਲੰਧਰ 57% ਹੋਈ ਆ, ਗੁਰਦਾਸਪੁਰ 'ਚ 58। ਅਮਰਜੀਤ, ਗੱਲ ਇਹ ਹੈ ਕਿ ਇਹ ਜਿਹੜੀਆਂ ਵੋਟਾਂ ਪੋਲ ਹੈ, ਪਰ 60 ਕਰੋਸ ਹੀ ਨਹੀਂ ਕੀਤੀ, 60 ਕਰੋਸ ਨਹੀਂ ਕੀਤੀ। ਆਨੰਦਪੁਰ ਸਾਹਿਬ ਹੈ, ਉਹ ਵੀ 55। ਚੋਣ ਕਮਿਸ਼ਨ ਨੂੰ ਕਿਤਨਾ ਕਿਤਨਾ ਉਮੀਦ ਸੀ ਕਿ ਅੰਮ੍ਰਿਤਸਰ ਉਹ 48 ਤੇ ਹੈ 5 ਵਜੇ ਤੱਕ, ਜੇ ਬਠਿੰਡਾ ਉਹ ਹੈਗਾ 59 ਤੇ, ਮਤਲਬ ਠੀਕ ਹੈ ਕਿ ਜਿਹੜਾ ਹੁਣ 59 ਹੈ 5 ਵਜੇ ਤੱਕ, ਠੀਕ ਹੈ ਉਹ 60 ਦੇ ਆਸ-ਪਾਸ ਪਹੁੰਚ ਸਕਦਾ, ਹਾਂ 1-2% ਵੱਧ ਸਕਦੀ ਹੈ, ਬਿਲਕੁਲ 60-65 ਵੀ ਕਰ ਸਕਦਾ 70 ਦੇ। ਪਰ ਜਿਹੜੀ ਚੋਣ ਕਮਿਸ਼ਨ ਦੀ ਉਮੀਦ ਸੀ, ਜਿਵੇਂ ਚੋਣ ਕਮਿਸ਼ਨ ਨੇ ਉਮੀਦ ਕਰੇ ਲੋਕਾਂ ਨੂੰ ਅਪੀਲ ਕੀਤੀ ਆ, ਵੱਧ ਤੋਂ ਵੱਧ ਬਹੁਤ ਜ਼ਿਆਦਾ ਇੰਤਜ਼ਾਮ ਕੀਤੇ ਸੀ, ਪ੍ਰਚਾਰ ਬਹੁਤ ਹੋਇਆ ਸੀ ਕਿ ਵੱਧ ਤੋਂ ਵੱਧ ਜਿਹੜੀ ਵੋਟਿੰਗ ਪਾਈ ਜਾਵੇ। ਇਹ ਸੀਗਾ ਗਰਮੀ ਦਾ ਵੀ ਅਸਰ ਦੇਖਣ ਨੂੰ ਮਿਲਿਆ, ਪਰ ਕਿਤੇ ਨਾ ਕਿਤੇ ਸ਼ਾਮ ਨੂੰ ਮੌਸਮ ਜਿਹੜਾ ਕਈ ਇਲਾਕਿਆਂ ਦੇ ਵਿੱਚ ਸਹੀ ਹੋ ਗਿਆ ਸੀ, ਬਾਰਿਸ਼ ਪੈ ਗਈ ਸੀ। ਪਰ ਅਸਲੀ ਰਿਪੋਰਟ ਆ ਜਿਹੜੀ ਉਹ ਲਗਾਤਾਰ ਚੜ੍ਹਦੀ ਕਲਾ ਟੈਮੀਟੀਵੀ ਦੇ ਦਿੰਦੇ ਰਹਾਂਗੇ, ਦਿਖਾਉਂਦੇ ਰਹਾਂਗੇ ਆਪਾਂ ਵੀ ਕਿੰਨੀ ਹੋਈ ਆ, ਕਿਉਂਕਿ ਇਸ ਤੋਂ ਬਾਅਦ ਵੀ ਜਿਹੜਾ ਐਪੀਸੋਡ ਤੇ ਚਲਾਵਾਂਗੇ ਉਹਦੇ ਵੀ ਦੱਸਾਂਗੇ ਪੂਰੇ ਪੰਜਾਬ 'ਚ ਕਿੰਨੀ ਹੋਈ ਆ ਪਟਿਆਲੇ, ਕਿਉਂਕਿ 6 ਵਜੇ ਤੱਕ ਦਾ ਜਿਹੜਾ ਰਿਕਾਰਡ ਹੈ ਅਮਰਜੀਤ, ਇਹਨੂੰ ਆਉਣ ਨੂੰ 1 ਘੰਟਾ ਲੱਗ ਜਾਂਦਾ, ਕਿਉਂਕਿ ਜਿਹੜੀਆਂ ਪਹਿਲਾਂ ਵਾਲੀਆਂ ਸਵੇਰ ਵਾਲੀਆਂ ਹੁੰਦੀਆਂ ਉਹ ਤਾਂ ਜਿਹੜੀਆਂ ਲਾਸਟ ਗੇਟ ਉਹ ਚੱਲੀ ਜਾਂਦੀਆਂ, ਪਰ ਜਿਹੜੀ 6 ਵਜੇ ਤੱਕ ਦੀ ਪੋਲਿੰਗ ਪਰਸੈਂਟੇਜ ਹੈ ਉਹ ਚੋਣ ਕਮਿਸ਼ਨ ਨੂੰ ਬਿਲਕੁਲ ਐਕੂਰੇਟ ਦੇਣੀ ਪੈਂਦੀ ਹੈ, ਤੇ ਉਹਨੂੰ ਘੱਟੋ ਘੱਟ ਘੰਟਾ ਲੱਗ ਜਾਂਦਾ। ਹੁਣ ਸਪੋਜ਼ ਕਰੋ ਮੰਨ ਲਓ 20 ਬੰਦੇ ਅੰਦਰ ਖੜੇ ਆ, ਤਾਂ ਜਿੰਨੀ ਚਿਰ ਉਹ 20 ਬੰਦੇ ਨਹੀਂ ਭੁਗਤਦੇ ਵੋਟ, 6-6.5 ਤੱਕ ਅੰਦਾਜ਼ਾ ਨਹੀਂ ਲੈ ਸਕਦਾ। ਇਸ ਕਰਕੇ ਇਹ ਜਿਹੜਾ ਅੰਦਾਜ਼ਾ ਇਹ ਲਗਾਇਆ ਜਾ ਸਕਦਾ, ਇਹ ਜਿਹੜੀ ਵੋਟ ਆ ਇਹ ਭੁਗਤੀ ਜਾ ਸਕਦੀ ਹੈ। ਬਿਲਕੁਲ ਬਾੜਾ ਜੀ, ਧੰਨਵਾਦ ਜੀ, ਧੰਨਵਾਦ।